पंजाबी पढ़ रहे सारे ही विद्यार्थियों का यूट्यूब चैनल लर्न विद हरविंद सर बहुत बहुत स्वागत है तो इस भीडियो असी भी पढ़ा बारहवीं जमात की लाजमी पंजाबी पुस्तक विचों प्यारा सिंह सहराई जी दविता जिसका ना है दोस्ता तो प्यारे विद्यार्थियों, हो यह बहुत ही वीयी मोटिवेशनल पोएम है जो कि सू अला दी है आओ शुरू कर दें कविता दोस्ता जिंदगी नुर हुंगारा दोस्ता तो इतारा का अर्थ है हाँवादी होना ਤੇ ਇੱਥੇ ਕਵੀ ਮਨੁੱਖ ਨੂੰ ਦੋਸਤਾ ਕਹਿ ਕੇ ਸੰਬੋਧਿਤ ਕਰਦਾ ਤੇ ਉਸ ਨੂੰ ਜ਼ਿੰਦਗੀ ਵਿੱਚ ਹੰਗਾਰਾ ਪਰਣ ਲਈ ਹਾਵਾਦੀ ਹੋਣ ਲਈ ਕਹਿੰਦਾ ਹੈ ਤੱਕ ਜੁਗਾਂ ਦਾ ਇਸ਼ਾਰਾ ਦੋਸਤਾ ਤੇ ਜੁਗਾਂ ਦਾ ਅਰਥ ਹੁੰਦਾ ਸਮਾਂ ਤੇ ਇੱਥੇ ਜੁਗਾਂ ਦਾ ਅਰਥ ਹੈ ਅੱਜ ਦਾ ਸਮਾਂ ਤੇ ਕਵੀ ਮਨੁੱਖ ਨੂੰ ਕਹਿੰਦਾ ਕਿ ਸਮੇਂ ਦੇ ਇਸ਼ਾਰੇ ਨੂੰ ਸਮਝ ਕਿ ਅੱਜ ਦਾ ਜਿਹੜਾ ਯੁੱਗ ਹੈ ਉਹ ਕਿਸੇ ਚੀਜ਼ ਦਾ ਯੁੱਗ ਹੈ ਅਰਜ਼ਾ ਯੁੱਗ ਹੈ ਸਿੱਖਿਆ ਦਾ ਯੁੱਗ ਹੈ ਤਰੱਕੀਆਂ ਦਾ ਯੁੱਗ ਹੈ ਅਤੇ ਨਵੀਆਂ ਪ੍ਰਾਪਤੀਆਂ ਪ੍ਰਾਪਤ ਕਰਨ ਦਾ ਜੁਗ ਤੇ ਇੱਥੇ ਪਹਿਲੀਆਂ ਦੋ ਸਤਰਾਂ ਦਾ ਅਰਥ ਹੈ ਕਿ ਕਵੀ ਮਨੁੱਖ ਨੂੰ ਇਹ ਕਹਿ ਰਿਹਾ ਹੈ ਕਿ ਦੋਸਤਾ ਤੋਂ ਜ਼ਿੰਦਗੀ ਵਿੱਚ ਹਾਵਾ ਦੇ ਬਣ ਅੱਗੇ ਵੱਧ ਅਤੇ ਨਵੀਆਂ ਪ੍ਰਾਪਤੀਆਂ ਪ੍ਰਾਪਤ ਕਰ। ਨਾਚ ਪੈਰਾਂ ਵਿੱਚ ਧੜਕੇ ਅਜ ਨਵਾਂ ਅੰਗਾ ਵਿੱਚ ਕੋਈ ਹੁਲਾਰਾ ਦੋਸਤਾ। ਇੱਥੇ ਹੁਲਾਰਾ ਦਾ ਅਰਥ ਹੈ ਖੁਸ਼ੀ ਨਾਲ ਚੁੰਮਣਾ ਤੇ ਕਵੀ ਮਨੁੱਖ ਨੂੰ ਕਹਿ ਰਿਹਾ ਹੈ ਕਿ ਤੇਰੇ ਪੈਰਾਂ ਵਿੱਚ ਨਵਾਂ ਨਾਚ ਧੜਕਣਾ ਚਾਹੀਦਾ ਹੈ ਤੇ ਇਹ ਨਵਾਂ ਨਾਚ ਕਿਹੜਾ ਹੈ? ਬਦਲਾ ਦਾ ਨਾਚ ਅੱਗੇ ਵਧਣ ਦਾ ਨਾਚ ਨਵੀਂ ਰਚਨਾ ਰਚਣ ਦਾ ਨਾਚ ਤੇ ਕਵੀ ਮਨੁੱਖ ਨੂੰ ਕਹਿੰਦਾ ਹੈ ਕਿ ਉਸ ਨਾਚ ਦਾ ਹੁਲਾਰਾ ਤੇਰੇ ਸਰੀਰ ਦੇ ਬਾਕੀ ਅੰਗਾਂ ਵਿੱਚ ਵੀ ਆਣਾ ਚਾਹੀਦਾ ਜਿਸ ਦਾ ਅਰਥ ਹੈ ਕਿ ਤੇਰਾ ਪੂਰਾ ਸਰੀਰ ਖੁਸ਼ੀ ਨਾਲ ਝੁੰਮਣਾ ਚਾਹੀਦਾ ਹੈ ਦੋ ਕਦਮ ਦੇ ਵਿਥ ਤੇ ਮੰਜ਼ਿਲ ਤੇਰੀ ਤੁਰ ਜਰਾ ਹੋ ਕੇ ਕਰਾਰਾ ਦੋਸਤਾ ਵਿਥ ਦਾ ਅਰਥ ਹੈ ਦੂਰੀ ਕਰਾਰਾ ਹੋ ਕੇ ਤੁਰਨਾ ਦਾ ਅਰਥ ਹੈ ਚੁਸਤੀ ਨਾਲ ਤੁਰਨਾ ਤੇਜ਼ੀ ਨਾਲ ਤੁਰਨਾ तो इतने कवि मनुखं कह रहे कि तेरी मंजिल सिर्फ दो कदम की दूरी पर है तू अपनी मंजिल से बहुत नेड़े आ चुका है तू अपनी मंजिल वल करारा होकर तुर चुस्ती तुरजिल छेती पहुंच टारिया चोट हम्बला मार के पकड़ लै उच्चा मुनारा दोस्ता तो टार्थ हों कच्चे घर पर इतने टार्या का अर्थ है टेंदी कला ਹੰਬਲਾ ਮਾਰਨਾ ਦਾ ਅਰਥੁੰਦਾ ਕੋਸ਼ਿਸ਼ ਕਰਨਾ ਜਾਂ ਕੋਈ ਨਵਾਂ ਉਪਰਾਲਾ ਕਰਨਾ ਤੇ ਹਥੇ ਕਵੀ ਮਨੁੱਖ ਨੂੰ ਕਹਿ ਰਿਹਾ ਹੈ ਕਿ ਤੈਨੂੰ ਟਾਰਿਆਂ ਤੋਂ ਟੈਂਦੀ ਕਲਾ ਤੋਂ ਹੰਬਲਾ ਮਾਰ ਕੇ ਉਪਰਾਲਾ ਕਰਕੇ ਉੱਠਣਾ ਅਤੇ ਉੱਚੇ ਮੁਨਾਰਾ ਨੂੰ ਪਕੜਨਾ ਉੱਚੇ ਮੁਕਾਮਾਂ ਨੂੰ ਛੂਣਾ ਜਿਸ ਅਰਥ ਹੈ ਕਿ ਤੂੰ ਇਸ ਦੁਨੀਆ ਵਿੱਚ ਉੱਚਾ ਮੁਕਾਮ ਹਾਸਲ ਕਰਨਾ ਹੈ ਤੌਣ ਚੁੱਕੇ ਵੇਖ ਕਰਦਾ ਸੈਨਤਾ ਤੇਰੀ ਹੋਣੀ ਦਾ ਸਿਤਾਰਾ ਦੋਸਤਾ ਤੇ ਸੈਂਡ ਦਾ ਅਰਥ ਹੁੰਦਾ ਹੈ ਇਸ਼ਾਰਾ ਜਾਂ ਇਸ਼ਾਰੇ ਤੇ ਹੋਣੀ ਦਾ ਅਰਥ ਹੈ ਕਿਸਮਤ ਤੇ ਇੱਥੇ ਕਵੀ ਮਨੁੱਖ ਨੂੰ ਕਹਿ ਰਿਹਾ ਹੈ ਕਿ ਦੋਸਤਾ ਤੂੰ ਆਪਣੀ ਧੌਣ ਚੁੱਕ ਕੇ ਤਾਂ ਵੇਖ ਕਿ ਤੇਰੀ ਹੋਣੀ ਦਾ ਤੇਰੀ ਕਿਸਮਤ ਦਾ ਸਿਤਾਰਾ ਕੀ ਇਸ਼ਾਰੇ ਕਰ ਰਿਹਾ ਹੈ ਗगन ਮੱਲੇ ਇਸ ਨੇ ਅੱਜ ਇਸ ਤਰ੍ਹਾਂ ਫਿੱਕਾ ਪੈ ਗਿਆ ਹਰ ਇੱਕ ਤਾਰਾ ਦੋਸਤਾ ਤੇ ਕੀ ਹੁੰਦਾ ਹੈ ਕਿ ਦਿਨ ਦੇ ਸਮੇਂ ਜਦੋਂ ਸੂਰਜ ਦੀ ਰੋਸ਼ਨੀ ਬਹੁਤ ਤੇਜ਼ ਹੁੰਦੀ ਹੈ ਤੇ ਇੰਨੀ ਤੇਜ਼ ਰੋਸ਼ਨੀ ਹੁੰਦੀ ਹੈ ਕਿ ਦਿਨ ਦੇ ਸਮੇਂ ਸਾਨੂੰ ਤਾਰੇ ਦਿਖਾਈ ਨਹੀਂ ਦਿੰਦੇ ਤਾਂ ਉਸ ਸਮੇਂ ਸੀ ਕਹਿ ਸਕਦੇ ਆ ਕਿ ਸੂਰਜ ਨੇ ਆਪਣੇ ਪ੍ਰਕਾਸ਼ ਨਾਲ ਆਪਣੀ ਰੋਸ਼ਨੀ ਨਾਲ ਗगन ਨੂੰ ਮਲਿਆ ਹੋਇਆ ਹੈ ਤੇ ਐਸੀ ਹੀ ਤਰ੍ਹਾਂ ਕਵੀ ਮਨੁੱਖ ਨੂੰ ਕਹਿ ਰਿਹਾ ਕਿ ਤੇਰੀ ਕਿਸਮਤ ਦੇ ਸਿਤਾਰੇ ਨੇ ਆਪਣੇ ਪ੍ਰਕਾਸ਼ ਨਾਲ ਆਪਣੀ ਚਮਕ ਨਾਲ ਆਪਣੇ ਚਾਨਣ ਨਾਲ ਇਸ ਤਰ੍ਹਾਂ ਗगन ਨੂੰ ਮਲਿਆ ਹੈਗਾ ਇਸ ਤਰ੍ਹਾਂ ਆਪਣਾ ਚਾਨਣ ਫੈਲਾਇਆ ਹੈ ਕਿ ਹਰ ਇੱਕ ਤਾਰਾ ਉਸ ਦੀ ਚਮਕ ਦੇ ਸਾਹਮਣੇ ਫਿੱਕਾ ਪੈ ਗਿਆ ਹੈ ਨਗਮਾ ਕਿਹੜਾ ਛਿੜਿਆ ਅੱਜ ਦਿਲਾਂ 'ਚ ਆਸਤੇ ਗੂੰਜਦਾ ਕਿਹੜਾ ਜੈਕਾਰਾ ਦੋਸਤਾ ਤੇ ਇੱਥੇ ਨਗਮਾ ਦਾ ਅਰਥ ਹੈ ਗੀਤ ਤੇ ਕਵੀ ਮਨੁੱਖ ਨੂੰ ਕਹਿ ਰਿਹਾ ਕਿ हे ਮਨੁੱਖ ਤੂੰ ਸੁਣ ਕਿ ਅੱਜ ਦਿਲ ਦੇ ਸਾਸਤੇ ਕਿਹੜਾ ਗੀਤ ਚੱਲ ਰਿਹਾ ਤੇ ਕਿਹੜਾ ਜੈਕਾਰਾ ਅਜ ਗੂੰਜ ਰਿਹਾ ਹੈ ਤੇ ਇੱਥੇ ਕਵੀ ਮਨੁੱਖ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਹਰ ਪਾਸੇ ਤੇਰੀ ਸਫਲਤਾ ਦਾ ਗੀਤ ਚੱਲ ਰਿਹਾ ਤੇ ਹਰ ਪਾਸੇ ਤੇਰੀ ਜੈ ਜੈਕਾਰ ਹੋ ਰਹੀ ਹੈ ਸੀਮਾ ਨਹੀਂ ਹੋ ਤੇਰੀ ਕੋਈ ਆਖਰੀ ਹੋਣ ਵਾਲਾ ਹੈ ਨਿਤਾਰਾ ਦੋਸਤਾ ਤੇ ਨਿਤਾਰਾ ਦਾ ਅਰਥ ਹੁੰਦਾ ਹੈ ਫੈਸਲਾ ਤੇ ਕਵੀ ਮਨੁੱਖ ਨੂੰ ਇਹ ਕਹਿ ਰਿਹਾ ਕਿ ਤੂੰ ਇੰਨੀ ਅੱਗੇ ਵਧਣਾ ਜਿਸ ਦੀ ਕੋਈ ਸੀਮਾ ਹੀ ਨਹੀਂ ਹੈ ਹੁਣ ਇਹ ਫੈਸਲਾ ਹੋਣ ਵਾਲਾ ਹੈ ਕਿ ਤੂੰ ਬਹੁਤ ਅੱਗੇ ਵਧਣ ਵਾਲਾ ਹੈ ਰਚਨਾ ਤੇਰੀ ਤੇਰੀ ਸਾਰੀ ਸਿਰਜਣਾ ਤੇਰਾ ਹੀ ਸਗਲਾ ਪਸਾਰਾ ਦੋਸਤਾ ਦੇ ਇਸ ਸੰਸਾਰ ਵਿੱਚ ਜਿਹੜੀਆਂ ਚੀਜ਼ਾਂ ਦੀ ਵੀ ਸਿਰਜਣਾ ਕੀਤੀ ਗਈ ਹੈ ਜਿਵੇਂ ਮੋਬਾਈਲ, ਲੈਪਟਾਪ, ਟੀਵੀ, ਮੋਟਰ ਕਾਰਾਂ ਤੇ ਉਹਨਾਂ ਚੀਜ਼ਾਂ ਦੀ ਸਿਰਜਣਾ ਮਨੁੱਖ ਨੇ ਹੀ ਕੀਤੀ ਹੈ ਤੇ ਇੱਥੇ ਕਵੀ ਮਨੁੱਖ ਨੂੰ ਕਹਿ ਰਿਹਾ ਕਿ ਮਨੁੱਖ ਤੇਰੇ ਅੰਦਰ ਬਹੁਤ ਜ਼ਿਆਦਾ ਸਿਰਜਣਾਤਮਕ ਸ਼ਕਤੀ ਹੈ ਸੰਸਾਰ ਵਿੱਚ ਜਿਹੜੀਆਂ ਵੀ ਰਚਨਾਵਾਂ ਹਨ ਉਹ ਤੇਰੇ ਦੁਆਰਾ ਹੀ ਰਚੀਆਂ ਗਈਆਂ ਹਨ ਤੇ ਇਹ ਸਾਰਾ पसारा ਕਿ ਸਾਡੇ ਅੱਗੇ ਜਿਹੜੀਆਂ ਵੀ ਨਵੀਆਂ-ਨਵੀਆਂ ਕਾਢਾਂ ਹਨ ਤੇ ਉਹਨਾਂ ਨੂੰ ਮਨੁੱਖ ਨੇ ਆਪਣੀ ਕਿਰਤ ਦੁਆਰਾ ਹੀ ਸਿਰਜਿਆ ਹੈ ਕਿਰਤ ਦੀ ਕੁੱਖੋਂ ਹੀ ਸਭ ਕੁਝ ਜੰਮਿਆ ਹੋਰ ਰਚ ਅਜੇ ਇੱਕ ਨਜ਼ਾਰਾ ਦੋਸਤਾਂ ਤੇ ਕਿਰਤ ਦਾ ਅਰਥ ਹੁੰਦਾ ਮਿਹਨਤ ਇਸ ਅਰਥਾ ਕਿ ਸੰਸਾਰ ਵਿੱਚ ਜੋ ਕੁਝ ਵੀ ਰਚਿਆ ਗਿਆ ਹੈ ਉਹ ਕਿਰਤ ਨਾਲ ਮਿਹਨਤ ਨਾਲ ਹੀ ਰਚਿਆ ਗਿਆ ਹੈ ਤੇ ਫਿਰ ਕਵੀ ਮਨੁੱਖ ਨੂੰ ਕਹਿੰਦੇ ਕਿ ਮਨੁੱਖ ਤੂੰ ਆਪਣੇ ਕਿਰਤ ਨਾਲ ਲਪੜੀ ਮਿਹਨਤ ਨਾਲ ਅਜੇ ਇੱਕ ਹੋਰ ਨਵਾਂ ਨਜ਼ਾਰਾ ਸਿਰਜ ਤਾਕੇ ਪਾਲੇ ਭਵਿਕ ਨੂੰ ਗਲਵਕੜੀ ਚੁੰਮ ਲੈ ਤੂੰ ਮੂੰਹ ਪਿਆਰਾ ਦੋਸਤਾ ਤਾਕੇ ਦਾ ਅਰਥ ਹੈ ਦੌੜ ਕੇ ਗਲਵਕੜੀ ਪਾਣਾ ਦਾ ਅਰਥ ਹੈ ਜੱਫੀ ਪਾਣਾ ਤੇ ਇੱਥੇ ਕਵੀ ਮਨੁੱਖ ਨੂੰ ਕਹਿ ਰਿਹਾ ਕਿ ਮਨੁੱਖ ਤੂੰ ਤਾਕੇ ਦੌੜ ਕੇ ਆਪਣੇ ਭਵਿਕ ਨੂੰ ਗਲਵਕੜੀ ਪਾਲ ਲੈ ਅਤੇ ਆਪਣੇ ਭਵਿਕ ਦਾ ਮੂੰਹ ਚੁੰਮ ਲੈ ਤੇ ਪਿਆਰੇ ਵਿਦਿਆਰਥੀਓ ਐਸੀ ਕਿ ਕਵਿਤਾ ਦੋਸਤਾ ਜਿਸ ਵਿੱਚ ਕਵੀ ਨੇ ਮਨੁੱਖ ਨੂੰ ਦੋਸਤਾ ਕਹਿ ਕੇ ਸੰਬੋਧਿਤ ਕੀਤਾ ਅਤੇ ਉਸ ਨੂੰ ਕਿਹਾ ਕਿ ਮਨੁੱਖ ਤੇਰੇ ਅੰਦਰ ਬਹੁਤ ਸ਼ਕਤੀ ਹੈ ਤੇ ਜੇ ਤੂੰ ਮਿਹਨਤ ਕਰੇ ਤਾਂ ਤੂੰ ਬਹੁਤ ਅੱਗੇ ਵੱਧ ਸਕਦਾ ਹੈ